ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਾਈ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਡੀ ਦੇ ਵਿੱਚ ਥੋੜੀਆਂ ਬਹੁਤੀਆਂ ਚੀਜ਼ਾਂ ਮੋਡੀਫਾਈ ਕਰਾ ਕੇ ਲਿਆਉਂਦੇ ਹਾਂ। ਮੋਡੀਫਾਈ ਤਾਂ ਨਹੀਂ, ਬਸ ਐਡੀਸ਼ਨ ਕਰਾਉਣਾ ਵਾ ਜਿਹੜੀਆਂ ਚੀਜ਼ਾਂ, ਜਾ ਕੇ ਦੇਖਾਂਗੇ। ਹਾਲੇ ਅਸੀਂ ਕੁਛ ਡਿਸਾਈਡ ਨਹੀਂ ਕੀਤਾ ਹੈਗਾ, ਅਤੇ ਤੁਹਾਨੂੰ ਇਹ ਵੀ ਦੱਸਾਂਗੇ ਅਸੀਂ ਕੰਪਨੀ ਦੇ ਵਿੱਚੋਂ ਮਤਲਬ ਕੀਆ ਦੇ ਸ਼ੋਰੂਮ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਲਈਆਂ ਸੀ। ਆਪਾਂ ਪਹਿਲਾਂ ਦਰਾਹੇ ਪਹੁੰਚੇ ਹਾਂ, ਅਤੇ ਉਰੇ ਮੰਮੀ ਜੀ ਨੂੰ ਉਰੇ ਡਰੋਪ ਕਰ ਦਿੰਦਾ, ਫਿਰ ਬਾਅਦ 'ਚੋਂ ਡੈਡੀ ਪਿੱਕ ਕਰ ਲੈਣਗੇ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਲੁਧਿਆਣਾ। ਬਾਏ। ਹੁਣ ਆਪਾਂ ਚੱਲਦੇ ਹਾਂ ਜੀ ਲੁਧਿਆਣੇ ਵੱਲ, ਅਤੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੁੰਦਾ, ਵੀ ਆਪਾਂ ਨੂੰ ਬਾਹਲਾ ਪਤਾ ਨਹੀਂ ਹੈਗਾ, ਤਾਂ ਤੁਸੀਂ ਦੇਖ ਲਓ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਲਵਾਵਾਂਗੇ। ਜੇ ਕੋਈ ਚੀਜ਼ ਤੁਹਾਨੂੰ ਲੱਗੂਗਾ ਵੀ ਹੋਰ ਲਵਾਉਣ ਵਾਲੀ ਸੀਗੀ, ਸਾਨੂੰ ਉਹ ਵੀ ਸੁਜੈਸਟ ਕਰ ਦਿਓ। ਅਸੀਂ ਕਰੋਮ ਕਰੋਮ ਜਿਹਾ ਨਹੀਂ ਲਵਾਉਣਾ, ਕਿਉਂਕਿ ਉਹ ਮੈਨੂੰ ਲੱਗਦਾ ਵੀ ਉੱਖੜ ਜਿਹਾ ਜਾਂਦਾ। ਆਪਾਂ ਚੱਲਦੇ ਹਾਂ। ਆਹ ਜਿਹੜੀ ਜਗ੍ਹਾ, ਇੱਥੇ ਸਾਡੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ, ਕਿਉਂਕਿ ਇੱਥੋਂ ਅਸੀਂ ਸਕੂਲ ਨੂੰ ਜਾਂਦੇ ਹੁੰਦੇ ਸੀ। ਉਦੋਂ ਆਹ ਜਿਹੜਾ ਤੁਹਾਨੂੰ ਕੁਛ ਦੇਖ ਰਹੇ ਹੋ ਵੀ ਜਿਵੇਂ ਸ਼ਟਰ ਛੁਟਵਾਉਣ ਕੁਲੀਆਂ ਬਣ ਗਈਆਂ ਸਾਰੇ ਪਾਸੇ, ਉਰੇ ਕੁਛ ਨਹੀਂ ਹੁੰਦਾ ਸੀ, ਉਰੇ ਫਾਟਕ ਹੁੰਦੇ ਸੀ, ਚੜ੍ਹਾਈ ਚੜ੍ਹ ਕੇ ਚੜ੍ਹਨੇ ਪੈਂਦੇ ਸੀਗੇ। ਬਾਹਲਾ ਜਾਂਦੇ ਉਹ, ਇੰਨੀ ਭੀੜ ਲੱਗ ਜਾਂਦੀ ਸੀ ਦੋਨੇ ਪਾਸਿਓਂ ਗੱਡੀਆਂ ਆਉਂਦੀਆਂ ਸੀ। ਹੁਣ ਇੱਥੇ ਪੁਲੀਆਂ ਬਣ ਗਈਆਂ ਨਾ, ਸੁੱਖ ਹੋ ਗਿਆ, ਨਹੀਂ ਤਾਂ ਪਿੰਡ ਆਉਣ ਨੂੰ ਕਈ ਵਾਰ ਜੇ ਗੱਡੀ 'ਚ ਹੋਣਾ ਕਿੰਨਾ ਕਿੰਨਾ ਚਿਰ, ਤਾਂ ਹੀ ਅਸੀਂ ਗੱਡੀ ਨਹੀਂ ਲੈਂਦੇ ਸੀਗੇ, ਸਕੂਟਰ ਮੋਟਰਸਾਈਕਲ ਰੱਖਦੇ ਸੀ, ਉਹ ਥੱਲੇ 'ਚ ਨਿਕਲਿਆ ਹੋਇਆ, ਇਹਨਾਂ ਨੇ ਪੁਲੀ ਬਣਾਤੀ, ਆਪਾਂ ਗੱਡੀ ਲੈ ਲਈ। ਆਪਾਂ ਵੀ ਲਵਾਉਣੇ ਆ ਸੋਲਰ ਪੈਨਲ ਘਰ ਦੇ ਉੱਤੇ। ਹੁਣ ਤਾਂ ਮੇਰਾ ਲੱਗਦਾ ਅੰਟਾਰੀਓ ਦੇ ਵਿੱਚ ਵੀ ਉਹਨਾਂ ਨੇ $5,000 ਦੀ ਰਿਬੇਟ ਦੇਣੀ ਸ਼ੁਰੂ ਕਰਤੀ ਵੀ ਤੁਸੀਂ ਲਵਾਓ, ਆਪਣੇ ਘਰ ਨੂੰ ਐਨਰਜੀ ਐਫੀਸ਼ੀਐਂਟ ਬਣਾਓ, $5,000 ਟੋਟਲ ਸਰਕਾਰ ਦੇਊਗੀ। ਪਰ ਬਾਹਰ ਥੋੜਾ ਚੱਕਰ ਆ ਵੀ ਅੰਟਾਰੀਓ ਚ ਧੁੱਪ ਘੱਟ ਨਿਕਲਦੀ ਆ, ਠੰਡ ਜ਼ਿਆਦਾ ਪੈਂਦੀ ਆ। ਪਰ ਮੈਂ ਆਰਟੀਕਲ ਪੜ੍ਹਿਆ ਸੀਗਾ ਉਹ ਕੀਆ ਦੀਆਂ ਗੱਡੀਆਂ ਬਹੁਤ ਨੇ, ਪਿੱਛੇ ਵੀ ਆਪਣੇ ਕੀਆ ਆਉਂਦੀਆਂ, ਉਹਨੇ ਅੱਗੇ ਲੰਘੀ ਆ, ਕਾਫੀ ਨੇ ਨਾ ਕੀਆ ਦੀਆਂ ਗੱਡੀਆਂ। ਤੇ ਆਪਾਂ ਇੰਡੀਆ ਦੇ ਵਿੱਚ ਵੀ ਸੋਲਰ ਪੈਨਲ ਜੇ ਲਵਾਉਣੇ ਆ, ਜੇ ਤੁਹਾਡਾ ਹੈਗਾ ਦਰਾਏ ਦੇ ਨੇੜੇ ਕੋਈ ਹਿਸਾਬ ਕਿਤਾਬ ਸਾਨੂੰ ਗਾਈਡ ਕਰਨ ਵਾਲਾ, ਉਹ ਦੱਸਿਓ ਵੀ ਕੀ ਪ੍ਰੋਸੈਸ ਆ ਉਹਦੇ, ਕਿਉਂਕਿ ਇਹਦੇ ਉੱਤੇ ਵੀ ਮੈਨੂੰ ਲੱਗਦਾ ਸਬਸਿਡੀ ਮਿਲਦੀ ਆ। ਆਪਾਂ ਪਹੁੰਚੇ ਹਾਂ ਜੀ ਲੁਧਿਆਣੇ। ਅੱਜ ਕਾਰ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਸੀਟਾਂ ਸੂਟਾਂ ਦੇ ਕਵਰ ਲਵਾਉਣੇ ਆ, ਤੇ ਆਹ ਵੀਰਾ ਮਿਲਿਆ, ਵੀਰੇ ਦੀ ਵੀ ਸ਼ੋਪ ਆ, ਹਾਲਾਂਕਿ ਉਰੇ ਨਹੀਂ ਹੈਗੀ ਪਰ ਇਹ ਕਿਤੇ ਹੋਰ ਕੰਮ ਕਰਦੇ ਆ। ਤੇ ਬਾਈ ਸਬਸਕ੍ਰਾਈਬਰ ਅਜੇ ਕਿਹੜੀ ਜਗ੍ਹਾ ਤੁਸੀਂ? ਮੇਰੇ ਲੁਧਿਆਣੇ ਹੀ ਆ, ਆਪਾਂ ਦੁਗਦੀ ਨਹਿਰ ਤੇ ਆਪਣੀ ਮਰਵਾਹਾ ਮੋਟਰ ਵਰਕਸ਼ਾਪ ਆ। ਓ ਠੀਕ ਆ। ਐਂਟੀਕ ਕਾਰਾਂ, ਜਿਪਸੀਆਂ, ਜੀਪਾਂ, ਇਹਨਾਂ ਮੋਡੀਫਿਕੇਸ਼ਨ ਦਾ ਕੰਮ ਆ ਆਪਣਾ। ਓ ਠੀਕ ਆ ਠੀਕ ਆ। ਆਪਣੇ ਚਿਹਰਾ ਦਿਖਾ ਦਿਓ ਕਿਤੇ, ਤੁਹਾਡੀ ਵਾਈਫ ਪਛਾਣੇ ਨਾ ਤੁਹਾਨੂੰ। ਪਛਾਣ ਲੈਣੇ ਆ, ਉਹਨੇ ਦੇਖਦੇ ਹੁੰਦੇ ਆ। ਹਾਂ ਚਲੋ। ਟੈਟੂ ਦੇਖ ਕੇ ਪਛਾਣ ਲੈਣਾ। ਟੈਟੂ ਦੇਖ। ਹਾਂ ਜੀ ਹਾਂ ਜੀ ਹਾਂ ਜੀ। ਤੇ ਆ ਬਾਈ ਜਿਪਸੀ ਇੱਧਰ ਲੈ ਕੇ ਆਏ ਵੀਰੋ, ਉਹਨੇ ਜਿਪਸੀ ਦਾ ਕੀ ਕੰਮ ਕਰਾ ਰਹੇ ਹੋ ਤੁਸੀਂ? ਥੋੜਾ ਇਲੈਕਟ੍ਰੀਸ਼ੀਅਨ ਦਾ ਕੰਮ ਸੀਗਾ ਭਾਜੀ। ਲਾਈਟਾਂ ਪਿੱਛੇ ਲਾਈਆਂ ਸੀਗੀਆਂ, ਕੁਝ ਇਹਦਾ ਕੰਮ ਚੱਲਦਾ ਨਹੀਂ ਸੀਗਾ। ਵੀਰੇ ਹੁਣੀ ਕੰਮ ਕਰਦੇ। ਭਾਜੀ ਇਹ ਹੈਗਾ 2000 ਮਾਡਲ ਆ, ਮਿਲਟਰੀ ਆਪਸ਼ਨ ਕਾਰ ਆ। ਤੇ ਇਹਨਾਂ ਨੂੰ 2019 ਵਿੱਚ ਅਸੀਂ ਲਈ ਸੀਗੀ ਆਕਸ਼ਨ 'ਚ, ਤੇ ਫਿਰ ਉਹ ਪੇਪਰ ਦੇ ਥਰੂ ਨਵੀਂ ਆਰਸੀ ਬਣ ਜਾਂਦੀ ਹੁੰਦੀ ਆ। ਇਹ 2034 ਤੱਕ ਪਾਸ ਆ। ਹਾਂਜੀ, ਹੁਣ ਇਹਦੇ ਮੱਡ ਟਾਇਰ ਪਾਏ ਆ, ਨਿਊ ਸ਼ੀਲ ਰਿਮ ਪਾਏ ਆ। ਐਵਰੇਜ ਪ੍ਰਾਈਸ ਇਹਦਾ ਕਿੰਨਾ ਜਾਣਾ? ਭਾਜੀ ਜਿੱਦਾਂ ਹੁਣ ਰੈਗੂਲਰ ਜਿਹੜੇ ਵੇਚਦੇ ਨੇ ਡੀਲਰਸ ਵਗੈਰਾ, ਮੈਂ ਸ਼ੌਂਕ ਨੂੰ ਤਿਆਰ ਕਰਕੇ ਵੇਚਦਾ, ਇਹ ਹੈਗਾ ਅਪਰੋਕਸੀਮੇਟ 260-70-80 ਦੇ ਵਿੱਚ। ਜਿੰਨੇ ਕੁ ਦੀ ਚੀਜ਼ ਮਿਲਦੀ ਨਾ ਉਹਦੇ ਅਕੋਰਡਿੰਗ, ਜਿੰਨਾ ਕੁ ਬਜਟ ਬਣਦਾ ਆ ਉਹਦੇ ਅਕੋਰਡਿੰਗ ਵੇਚਦੇ, ਤੇ ਉਹਦਾ 3.5-3 ਲੱਖ ਦੀਆਂ, 4-4 ਲੱਖ ਦੀਆਂ। ਬਾਕੀ ਮੋਡੀਫਿਕੇਸ਼ਨ ਨੇ, ਬਾਕੀ ਮੋਡੀਫਿਕੇਸ਼ਨ ਹਾਂਜੀ, ਜਿੱਦਾਂ ਹੁਣ ਟਾਇਰ 'ਚ ਟਾਇਰ ਹੀ ਇਹਦੇ 40-50 ਹਜ਼ਾਰ ਦੇ ਨੇ, ਬਾਹਰ ਨੂੰ ਨਿਕਲੇ ਹੋਏ ਨੇ ਜਿੱਦਾਂ ਇਹ ਚੀਜ਼ਾਂ ਆਉਂਦੀਆਂ ਨਾ। ਅਸੀਂ ਵੀ ਦੇਖਦੇ ਹਾਂ, ਅਸੀਂ ਵੀ ਦੇਖ ਰਹੇ ਹਾਂ ਜਿਪਸੀ ਗਾੜੀ ਵਾਸਤੇ। ਜ਼ਰੂਰ ਭਾਜੀ, ਹੁਣ ਤੁਹਾਡੇ ਕੋਲ ਨਹੀਂ ਆਵਾਂਗੇ ਅਸੀਂ। ਜ਼ਰੂਰ ਜ਼ਰੂਰ ਭਾਜੀ। ਆ ਦੇਖੋ ਜੀ, ਸਕਾਰਪੀਓ ਵਿਆਹ ਵਾਸਤੇ ਤਿਆਰ ਕਰਾਈ ਆ ਕਿਸੇ ਨੇ, ਤੇ ਆਪਾਂ ਹੁਣ ਚੱਲੇ ਹਾਂ ਜੀ। ਕਿੱਥੇ ਚੱਲੇ? ਘੰਟਾਘਰ। ਘੰਟਾਘਰ ਅਸੀਂ ਗੱਡੀ ਦਾ ਅੱਧਾ ਕੰਮ ਜਿਹਾ ਹੁਣ ਦੇਤਾ, ਹੁਣ ਸਾਨੂੰ ਚਾਹੀਦੇ ਨੇ ਮੈਟ ਵਗੈਰਾ, ਆਪਾਂ ਉਹ ਲੈਣ ਚੱਲੇ ਹਾਂ। ਆਪਾਂ ਜਿਹੜਾ ਗੱਡੀ ਦਾ ਪਿੱਛੇ ਵਾਲਾ ਹੁੰਦਾ ਵਾ ਡਿੱਗੀ 'ਚ ਮੈਟ ਜਿਹਾ, ਉਹ ਚੱਕ ਲਿਆ ਵੀ ਤਾਂ ਕਿ ਸਾਈਜ਼ ਦਾ ਕੋਈ ਚੱਕਰ ਨਾ ਰਹੇ। ਬਸ ਹੁਣ ਆਪਾਂ ਟ੍ਰੈਫਿਕ ਦੇ ਵਿੱਚ ਚੱਲੇ ਹਾਂ, ਗਰਮੀ ਬਹੁਤ ਅੱਜ। ਬਸ ਸਟੈਂਡ ਆ ਗਿਆ। ਅਸੀਂ ਕਿਸਾਨ ਹਾਂ, ਅੱਤਵਾਦੀ ਨੇ, ਨੋ ਫਾਰਮਰਸ ਨੋ ਫੂਡ। ਆਪਾਂ ਵੀ ਧਰਨੇ 'ਚ ਜਾ ਕੇ ਆਉਂਦੇ ਹਾਂ, ਅਸੀਂ ਪਲਾਨ ਕਰਦੇ ਹਾਂ ਜਾਵਾਂਗੇ। ਤੇ ਦੇਖੋ ਕਿੰਨੀ ਜ਼ਿਆਦਾ ਭੀੜ ਆ, ਬਾਹਲੀ ਔਖੀ ਆ ਗੱਡੀ ਚਲਾਉਣੀ ਉਰੇ। ਆਹ ਜਗ੍ਹਾ 'ਚੋਂ ਨਿਕਲ ਕੇ ਆਇਆ, ਬਾਹਲਾ ਔਖਾ ਨਿਕਲਣਾ ਬਾਈ, ਬਾਹਲੀ ਟ੍ਰੈਫਿਕ ਆ। ਇਹ ਆਪਣਾ ਤਿਆਰ ਹੋ ਰਿਹਾ ਜੀ ਗੱਡੀ ਦਾ ਮੈਟ, ਹੁਣ ਡਿੱਗੀ ਵਾਲਾ ਮੈਟ, ਡਿੱਗੀ ਵਾਲਾ। ਇਹ ਸਾਰੀਆਂ ਮਾਰਕੀਟਾਂ ਅਲੱਗ ਅਲੱਗ ਨੇ, ਆ ਉਰੇ ਸਾਰੀਆਂ ਇਹੋ ਜਿਹੀਆਂ ਦੁਕਾਨਾਂ ਨੇ, ਟਾਇਰਾਂ ਵਾਲੀਆਂ ਨੇ, ਅਲੱਗ ਅਲੱਗ ਦੁਕਾਨਾਂ, ਅਲੱਗ ਅਲੱਗ ਮਾਰਕੀਟ। ਆਪਾਂ ਘੰਟਾ ਘਰ ਵਾਲੀ ਜਗ੍ਹਾ ਤੇ ਆ ਹਲੇ, ਪੁਰਾਣਾ ਬਾਜ਼ਾਰ। ਆ ਦੇਖੋ ਇੰਨੀ ਟ੍ਰੈਫਿਕ ਆ ਉਰੇ, ਆਪਾਂ ਜਦੋਂ ਐਂਬੂਲੈਂਸ ਕਾਲ ਕਰਦੇ ਆ ਐਮਰਜੈਂਸੀ ਵਾਸਤੇ, ਦੇਖ ਲਓ ਐਂਬੂਲੈਂਸ ਵੀ ਸਟੱਕ ਆ ਇੱਕ ਤਰੀਕੇ ਦੀ, ਹਲੇ ਕਿ ਲਾਈਟਾਂ ਨਹੀਂ ਲਾਈਆਂ ਹੋਈਆਂ, ਸਰ ਕਾਲ ਹੀ ਨਹੀਂ ਆਉਣੀ ਐਂਬੂਲੈਂਸ ਵਾਲੇ ਨੂੰ, ਪਰ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਸਟੱਕ ਆ।
ਖਾਦੀ ਆ ਯਾਰ ਲੋ ਵੀ ਆ ਭਾਈ ਆਪਣਾ ਕਰ ਰਿਹਾ ਡਿਜ਼ਾਈਨ ਇਹ ਆ ਮੇਨ ਡਿਜ਼ਾਈਨਰ ਗੱਡੀਆਂ ਦੀਆਂ ਸੀਟਾਂ ਕਵਰ ਦਾ ਲਾਓ ਬਾਬੂ ਜੀ मेनू पुछदा सी कहिंदा भाजी कौन सी मैं कहा यूट्यूबर ने कहिंदा अच्छा हमारी भी वीडियो बनाएंगे मैं कहा कोई नहीं आन दे तेरी बनवा देने पहले ने कहना पहला वीडियो पाओ फिर सब्सक्राइब करूंगा कल ही करूं जदों वीडियो आऊगा ना पहला नहीं कहते ने सब्सक्राइब भाई ने तो देती शीट जी इतनी दुख लगता बस मिनट ही मारे भाई ने तो इनी मेहनत बनानी पैंदी है ना मिनट जी तारती उन्होंने फिर बना के ताही तुहानू बकेट फिटिंग होगी इदा मैं नहीं सोचा थी मैं कि उत्ते चढ़ाए थे हले पिछे सूए मारने ने पिछले पास जी उसे सूए मार के पिछले पास आपा नहीं देखना ताही तुहानू क्या ना देखो नवी गड्डी दी नहीं करानी चाहिए है ना रवि हां थोड़ा ओ लगदा फीलिंग ही थोड़ी आ होंदी है यार दुख देखना ही पैना की नवी सीट पाड़ती है होर भाई किन्ना कर गया काम किन्ने घंटे लगने बरे होर मेरा मुंडा कहिंदा मैनूं गर्लफ्रेंड चाहीदी है लो जी वीरा लग्या होया पूरी मेहनत नाल रॉक स्टार को सीटा खोल लिया हुण ऑपरेशन हो रहा वा सीटा दा चीर फाड़ ही शुरू करती है इन्होंने ते इक कमाल दी गल दस दिया तुहानू मेरा पिंड बेगोवाला साढ़े नाल दा शहर हैगा वा दराहा मेरे नाल एक मुंडा पढ़ता हुंदा सी त्रिवेदी ओहदी गल तुहानू बहुत सुणावांगे ओह देखो सानू आ दुकान दे उत्ते मिलिया माड़ी मोटी गल त्रिवेदी ना त्रिवेदी मेरे इधर ही लैं बैठा हुंदा सी जिवें रवि ऐ बैठा जे तां इहने सानू बुलाउणा सानू तां सुण जाणा सी रिस्पोंड कर देणा जदों असीं इहनूं कहणा त्रिवेदी त्रिवेदी नहीं हो जाती एक बार तो आए हो गया टीचर भी गई कहना टाइम मुक गया ओदी भी ना सुने मजाक ना रहा भी मेरे तो एक बंदे दी ड्राइंग वधिया थी क्लास च वो भी नेक्स्ट लेवल वधिया थी वो सी त्रिवेदी दी बिजली चढ़ाई है जेडी असि सीट दे उत्ते कपड़ा झाड़ के बहंदे सी वीरा फड़ जांदा चढ़ाई है वीरे दी बाहर रोकिया पर वीरे ने देखो सब हां जी हां जी वीरा लग्या होया जी दबो दबी गर्मी गर्मी होया पया वीरा गड्डी दे जी सीट कवर पवाते आपा देखो की हाल जी ठीक ठाक लो जी ये सीगे मास्टर लोग जी इन्होंने अपना काम किया संजय
ਬਹੁਤ ਵਧੀਆ ਕੰਮ ਕੀਤਾ ਲੁਧਿਆਣਾ ਕੇ ਮਸ਼ਹੂਰ ਆਦਮੀ ਹੈ ਦਿਲ ਸੇ ਬਹੁਤ ਪਿਆਰ ਕਰਤੇ ਹੈ ਸਭੀ ਕੋ ਨਹੀਂ ਬਹੁਤ ਵਧੀਆ ਕੰਮ ਕੀਤਾ ਥੈਂਕ ਯੂ ਵੀਰੇ ਆਹ ਬਾਈ ਦਾ ਦੇਖੋ ਆਹ ਕਲੈਕਸ਼ਨ ਸੀਗੀ ਇਹਨਾਂ ਚੋਂ ਕੋਈ ਵੀ ਬਣਾ ਸਕਦੇ ਹਾਂ ਤੇ ਤੁਹਾਨੂੰ ਗੱਡੀ ਦੇ ਆਪਾਂ ਸੀਟ ਕਵਰ ਵੀ ਦਿਖਾ ਦਈਏ ਅੰਦਰ ਬਹਿ ਕੇ ਵੀ ਦਿਖਾ ਦਿੰਦੇ ਹਾਂ ਆਹ ਗੱਡੀ ਕਢਾ ਲਈ ਆਹ ਦੇਖ ਲਓ ਜੀ ਸੀਟ ਕਵਰ ਇਹ ਜੇ ਲੱਗ ਰਹੇ ਨੇ ਐਵੇਂ ਲਾਏ ਨੇ ਹੈ ਵਧੀਆ ਲੱਗ ਰਿਹਾ ਸੋਹਣੀ ਲੱਗਣ ਲੱਗ ਗਈ ਹੈ ਨਾ ਅੱਗੇ ਨਾਲ ਉਹ ਵੀ ਸਾਈਂ ਆ ਵੀ ਹੁਣ ਪਾਣੀ ਪੂਣੀ ਇੱਕ ਅਸੀਂ ਰਿਸਕ ਲਿਆ ਵਾ ਥੋੜਾ ਜਿਹਾ ਤੁਹਾਨੂੰ ਅੰਦਰ ਜਾ ਕੇ ਦੱਸਦੇ ਆ ਵੀ ਕੀ ਰਿਸਕ ਲਿਆ ਗੱਡੀ ਦੇ ਪਰ ਉਹ ਗੱਡੀ ਕੱਢਣੀ ਜੀ ਔਖੀ ਸੀ ਬਾਈ ਨੇ ਹਾਂਜੀ ਯੂਟਿਊਬ ਹਾਂਜੀ ਕਿਹੜਾ ਪਿੰਡ ਆ ਜੀ दो तीन जाने मिले जो जानते फर्क हों जिन्हें इंडिया च शुरू नहीं की ड्राइविंग बाहर ही की औखा वा अपना लुधियाने वाला पुल क्रेन दसो कोई कदों तक बनूगा इहदी कोई डेडलाइन हैगी आ ਕਾਫੀ ਤਾਂ ਬਣ ਗਿਆ ਪਰ ਹਲੇ ਕਾਫੀ ਜ਼ਿਆਦਾ ਪਿਆ ਇਸ ਲਈ ਉਹਨੇ ਟ੍ਰੈਫਿਕ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇਹ ਆਪਣੇ ਪੜਦੇ ਸ਼ੁਰੂ ਹੋਏ ਸੀ ਕਿ ਬਾਅਦ ਚ ਸ਼ੁਰੂ ਹੋਏ ਸੀ ਇਹ ਪੁਲ ਪੜਦੇ ਸ਼ੁਰੂ ਹੋਏ ਸੀ ਕਿ ਬਾਅਦ ਚ ਸ਼ੁਰੂ ਹੋਏ ਸੀ ਮੇਰੇ ਪੜਦੇ ਹੋਣਾ ਤੂੰ ਤਾਂ ਘੱਟ ਹੀ ਪੜਿਆ ਨਹੀਂ ਪੜੇ ਤਾਂ ਅਸੀਂ ਵੀ ਹਾਂ ਤੂੰ ਤਾਂ ਬਾਈ ਹੜੇ ਹੋ ਹੜੇ ਆਉਂ ਬਣਾਇਆ ਤਾਂ ਸੋਹਣਾ ਦੇਖਣ ਨੂੰ ਤਾਂ ਘੈਂਟ ਲੱਗਦਾ ਪੂਰਾ ਸੋ ਆਹ ਇੱਕ ਮਸ਼ੀਨ ਜੀ ਜੰਤਰ ਜਿਹਾ ਜਿਹੜਾ ਸਾਰਾ ਪੁਲ ਬਣਾਉਣ ਦੇ ਵਿੱਚ ਹੈਲਪ ਕਰੂਗਾ ਇਹ ਨਹੀਂ ਵਿਚਾਰੇ ਲਿਆ ਰਿਆ ਰੱਖਣੀਆਂ ਨੇ ਐਡੇ ਖਿੱਚ ਖਿੱਚ ਕੇ ਅੱਗੇ ਨੂੰ ਵੱਧ ਵਾਲੀ ਪੁਲ ਤੇ ਉੱਤੇ ਸ਼ੁਰੂ ਹੋਇਆ ਹੈ ਇਹ ਬਸ ਅੱਗੇ ਨੂੰ ਜਾਈ ਜਾਂਦਾ ਪੁਲ ਬਣਾਈ ਜਾਂਦਾ ਯਾਰ ਬਾਹਲਾ ਔਖਾ ਪੁਲ ਬਣਾਉਣਾ ਹੈ ਬਾਹਲਾ ਔਖਾ ਵੀ ਪਤਾ ਆਪਾਂ ਨੂੰ ਯਾਰ ਬਹੁਤ ਔਖਾ ਕੰਮ ਆ ਛੋਟੀ ਜਿਹੀ ਚੀਜ਼ ਬਣਾਉਣੀ ਔਖੀ ਹੋਈ ਹੋ ਜਾਂਦੀ ਹੈ ਐਡਾ ਬੜਾ ਪੁਲ ਬਣ ਰਿਹਾ ਬਾਹਲਾ ਕੁਛ ਖਾ ਲਿਆ ਜੀ ਪੀਜ਼ਾ ਸੈਂਡਵਿਚ ਤੇ ਹੁਣ ਪੀਵਾਂਗੇ ਕੋਲਡ ਕਾਫੀ ਇਦੋਂ ਪਹਿਲਾਂ ਲਿਮਕਾ ਵੀ ਪੀਤਾ ਵਾ ਗੈਸ ਪੂਰੀ 20% ਅੱਜ ਤਾਂ ਬਾਹਲਾ ਖਾਧਾ ਪੀਤਾ ਜੀ ਸ਼ੁਰੂ ਕੀਤਾ ਸੀਗਾ ਪਤਾ ਨਹੀਂ ਕੋਕ ਤੋਂ ਫਿਰ ਥਮਸ ਅਪ ਫਿਰ ਸਬਵੇ ਫਿਰ ਕੁਛ ਪੀਤਾ ਸੀਗਾ ਫਿਰ ਕੀ ਪੀਤਾ ਸਪਰਾਈਟ ਕੁਛ ਆਇਆ ਜਾ ਉਦੋਂ ਬਾਅਦ ਪੀਜ਼ਾ ਖਾਧਾ ਉਦੋਂ ਬਾਅਦ ਆਪਾਂ ਸੈਂਡਵਿਚ ਖਾਧੇ ਕੋਲਡ ਕਾਫੀ ਲਿਮਕਾ ਫਿਰ ਲਿਮਕਾ ਤੇ ਹੁਣ ਅਸੀਂ ਘਰ ਨੂੰ ਵਾਪਸ ਚੱਲੇ ਸੀਗੇ ਮੈਂ ਉੱਧਰ ਸਾਹਨੇ ਵੱਲ ਨੂੰ ਪਹੁੰਚ ਗਿਆ ਸੀਗਾ ਗਿੱਲ ਵਾਲੀ ਨਹਿਰ ਮਤਲਬ ਸਿੱਧੀ ਦਰਾਹੇ ਵਾਲੀ ਨਹਿਰ ਕਹਿ ਲਓ ਗਿੱਲ ਰੋਡ ਤੋਂ ਅਤੇ ਉੱਥੇ ਫਿਰ ਮੇਰੇ ਆੜੀ ਦਾ ਫੋਨ ਆ ਗਿਆ ਉਹ ਕਹਿੰਦਾ ਜੀ ਐਨੀ ਬਾਹਰ ਮਿਲਦੇ ਹਾਂ ਸੋ ਹੁਣ ਮੈਂ ਉਹਦੀ ਵੇਟ ਕਰ ਰਿਹਾ ਜੀ ਐਨੀ ਬਾਹਰ ਖੜ੍ਹੇ ਹਾਂ ਜਿੱਥੇ ਅਸੀਂ ਇੰਨਾ ਜ਼ਿਆਦਾ ਪੜ੍ਹਦੇ ਹੁੰਦੇ ਸੀਗੇ ਪੰਜਾਬ ਐਂਡ ਸਿੰਧ ਬੈਂਕ ਹਾਂ ਉਰੇ ਫੀਸ ਭਰਦੇ ਹੁੰਦੇ ਸੀਗੇ ਅੱਛਾ ਸਿੱਧਾ ਡਰਾਫਟ ਬਣਾ ਕੇ ਆ ਬੈਂਕ ਲਿਆਉਣਾ ਸਮੈਸਟਰ ਦੀ ਫੀਸ ਭਰਦੇ ਨਹੀਂ ਹੁਣ ਤਾਂ ਮੇਰੇ ਤਾਂ ਜੀ ਐਨੀ ਦੇ ਅਸੀਂ ਅੰਦਰ ਵੀ ਨਹੀਂ ਜਾ ਸਕਦੇ ਹਾਂ ਬਾਈ ਵੀ ਸਾਡੇ ਵਾਂਗੂ ਕੈਨੇਡਾ ਤੋਂ ਆਇਆ ਹੋਇਆ ਪਰ ਬਾਈ ਪੂਰਾ ਕੈਨੇਡੀਅਨ ਲੱਗ ਰਿਹਾ ਤੁਸੀਂ ਗੱਡੀ ਵੀ ਰੱਖੋ ਬਾਈ ਜੀ ਟੈਂ ਕੁਚੀ ਵਾਲਾ ਸਿਆਪ ਅਤੇ ਆਪਣਾ ਅਮਰਦੀਪ ਵੀ ਮਿਲਣ ਆਇਆ ਵਾ ਉਹਦੇ ਲਈ ਉਹ ਆਏ ਸੀਗੇ 0001 ਆਹ ਦੇਖ ਲਓ ਜੀ ਆਪਾਂ ਕੀ ਆ ਅਮਰਦੀਪ ਨੂੰ ਦੇ ਦਈਏ ਅਮਰਦੀਪ ਕਹਿੰਦਾ ਮੈਂ ਕੀ ਆ ਚਲਾਉਣੀ ਆ ਕਹਿੰਦਾ ਤੁਸੀਂ ਆਹ ਰੱਖ ਲਓ ਫਾਰਚੂਨਰ
ਇੰਡੈਵਰ ਕਿਹੜੀ ਯਾਰ ਵੀ ਹੈ ਓ ਮਾਈ ਗੋਡ ਇੰਡੈਵਰ ਰੱਖ ਲੋ ਬਲੇ ਚਲਾਉਣੀ ਤਾਂ ਮੈਂ ਸੀਗੀ ਮੇਰੇ ਨਾਲ ਹੋਰ ਵੀ ਧੱਕਾ ਹੋ ਗਿਆ ਹਾਲ ਆ ਰਵੀ ਬਹਿ ਗਿਆ ਓ ਪਾਣਾ ਵਿੱਚ ਦੇ ਦੀ ਅਤੇ ਅੱਜ ਇੰਨੇ ਜ਼ਿਆਦਾ ਸਬਸਕ੍ਰਾਈਬਰ ਮਿਲੇ ਯਾਰ ਮੈਂ ਕਹਿੰਦਾ ਨਜ਼ਾਰਾ ਆ ਪਿਆ ਆ ਜਿਹੜੀਆਂ ਸਾਰੀਆਂ ਕਲਾਸਾਂ ਦੇਖ ਰਹੇ ਹੋ ਤੁਸੀਂ ਉਰੇ ਵੀ ਮੇਰੀ ਕਲਾਸ ਲੱਗੀ ਹੋਈ ਆ ਆਹ ਰੂਮ 'ਚ ਵੀ ਲੱਗੀ ਆ ਸਾਰਿਆਂ 'ਚ ਲੱਗੀ ਹੋਈ ਆ ਉੱਪਰ ਵੀ ਉੱਪਰ ਲੈਬਾਂ ਦੇ ਵਿੱਚ ਤਾਂ ਬੰਬ ਵੀ ਚਲਾਇਆ ਹੋਇਆ ਸੀ ਉਹ ਗੱਲਾਂ ਕਦੇ ਫੇਰ ਕਰਾਂਗੇ ਆਹ ਵੱਖਰਾ ਹੀ ਚਾਹ ਵਾ ਜੀ ਜੀ ਐਨੀ ਦੇ ਵਿੱਚ ਬੈਠਣ ਦਾ ਲੈ ਕਹਿੰਦਾ ਜੀ ਹੋਣ ਵਾਲਾ ਮਟਰ ਕਿਤੇ ਦੱਸੋ ਬਹੁਤ ਘੱਟ ਜਾਣਿਆਂ ਨੂੰ ਪਤਾ ਪਰ ਰਵੀ ਕੋਲ ਇਹੀ ਗੱਡੀ ਸੀਗੀ ਬਾਹਰ ਐਕਸਪਲੋਰਰ ਸੀਗੀ ਫੋਰਡ ਐਕਸਪਲੋਰਰ ਆਲਮੋਸਟ ਆਈ ਥਿੰਕ ਸਿਮਿਲਰ ਹੀ ਆ ਉਹ ਇਹਨੂੰ ਆਹ ਕਹਿ ਦਿੰਦੇ ਆ ਫਿਰ ਬੜੀ ਕਾਲ ਪਏ ਕਾਲਜੇ ਚ ਲੈ ਲਾ ਫਿਰ ਦਾਖਲਾ ਇਹ ਜਿਹਾ ਇੱਕ ਘੰਟ ਜਿਹਾ ਗਾਣਾ ਨਹੀਂ ਹੁੰਦਾ ਸੀਗਾ ਸੋ ਅਸੀਂ ਵੈਸੇ ਕਾਲਜ ਦੀ ਪਾਰਕਿੰਗ ਦੇ ਵਿੱਚ ਆ ਗਏ ਸੀਗਾ ਚਲੋ ਮਾੜਾ ਜਿਹਾ ਦਰਸ਼ਨ ਕਰੇ ਆਈਏ ਕਾਲਜ ਦੇ ਉਰੇ ਅਸੀਂ ਪੜ੍ਹੇ ਹਾਂ ਇੰਨੀ ਧਿਆਨ ਲਾ ਕੇ ਪੜ੍ਹੇ ਨੇ ਉਹਨਾਂ ਦੇ ਇੰਨੀਆਂ ਖੋਜਾਂ ਕੀਤੀਆਂ ਅਸੀਂ 5G ਟੈਕਨੋਲੋਜੀ ਲੈ ਕੇ 5G ਟੈਕਨੋਲੋਜੀ ਉਹਦੇ ਨਾਲ ਦੇਖ ਲਓ ਕੀ ਹੋ ਰਿਹਾ ਅੱਜ ਕੱਲ੍ਹ ਅਤੇ ਬਸ ਜੀ ਆਪਾਂ ਚਿੱਲ ਕਰ ਰਹੇ ਹਾਂ ਕਿਵੇਂ ਲੱਗ ਰਿਹਾ ਰਵੀ ਗੱਡੀ ਡਰਾਈਵ ਕਰਕੇ ਗੱਡੀ ਉੱਚੀ ਬਹੁਤ ਆ ਵੱਡੀ ਵੀ ਹੈ ਥੋੜੀ ਸਾਈਜ਼ ਹੈ ਨਾ ਜ਼ਿਆਦਾ ਮਤਲਬ ਕਿ ਮੂਹਰੇ ਨੂੰ ਹੋ ਗਏ ਬੋਨਟ ਦਾ ਪਾਉਂਦਾ ਯਾਰ ਆਮ ਹੀ ਕੀਤੀਆਂ ਪਈਆਂ ਨੇ ਆ ਗੱਡੀਆਂ ਜਮਾਮ ਪਹਿਲਾਂ ਇਹਨਾਂ ਪਿੰਡੀਆਂ ਤੁਸੀਂ ਉਹ ਤਾਂ ਬਹੁਤ ਘੱਟ ਹੁੰਦੀਆਂ ਸੀ ਜਮਾਮ ਨੇ ਯਾਰ ਲੁਧਿਆਣੇ 'ਚ ਜਮਾਮ ਅੱਜ ਇੰਨੀਆਂ ਦਿਖੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਮਾ ਰਹੇ ਆ ਮਰਸੇਡੀਆਂ BMW ਜਮਾਮ ਨੋਰਮਲ यहाँ पे हमने बहुत ही मैच जीते हैं गाइस पंजाबी वी लॉगर बूम ये शॉट में उधर नहीं मारता असी पहुंच गए जी करें ਅਮਰਦੀਪ ਨੂੰ ਵੀ ਮੈਂ ਆਪਣੇ ਫਰੈਂਡ ਨੂੰ ਗੱਡੀ ਦਿਖਾਈ ਉਹਨੂੰ ਵੀ ਬਾਹਲੀ ਜ਼ਿਆਦਾ ਪਸੰਦ ਆਈ ਕਹਿੰਦਾ ਕੰਪਲੀਟ ਪੈਕੇਜ ਆ ਟ੍ਰੈਕਸ਼ਨ ਕੰਟਰੋਲ ਸਾਰਾ ਕੁਛ ਹੈ ਇਹਦਾ ਆਪਾਂ ਟੈਕਰ ਵੀ ਨਾ ਬਣਾ ਦੇਈਏ ਰਵੀ ਬਣਾ ਦਿੰਦੇ ਮੈਂ ਕਹਿੰਦਾ ਹਨਾ ਟੈਕਰ ਇਹਦਾ ਟੈਕਰ ਵੀ ਗੱਡੀ ਦਾ ਬਣਾਉਂਦੇ ਆ ਤੁਸੀਂ ਵੀ ਜੇ ਕੋਈ ਇੰਟਰਸਟਡ ਹੋਇਆ ਹਨਾ ਇੰਟਰਸਟਡ ਕੀ ਮੈਂ ਤਾਂ ਤੁਹਾਨੂੰ ਦਿਖਾ ਦਾਂਗੇ ਵੀ ਸਾਨੂੰ ਵਧੀਆ ਕਿਉਂ ਲੱਗੀ ਸੀ ਇਹ ਗੱਡੀ ਅਤੇ ਆਪਾਂ ਹੁਣ ਮੀਂਹ ਚਲਾ ਦਈਏ ਧੋਤੀ ਜਾਊ ਗੱਡੀ ਵਧੀਆ ਮੀਂਹ ਜੀ ਬਹੁਤ ਤੇਜ਼ ਪੈ ਰਿਹਾ ਬਿਜਲੀ ਲਸ਼ਕ ਰਹੀ ਹੈ ਉਹ ਆਪਾਂ ਵਲੌਗ ਦਾ ਐਂਡ ਕਰਦੇ ਹਾਂ ਗੱਡੀ ਮੈਂ ਉਰੇ ਜਿਹਾ ਲਾਤੀ ਮੈਂ ਕਿਹਾ ਚੱਲ ਥੋੜ੍ਹੀ ਜਿਹੀ ਸਾਫ਼ ਹੋ ਜੂਗੀ ਧੋਤੀ ਜਾਊਗੀ ਅਤੇ ਇਹ ਸੀਗਾ ਜੀ ਅੱਜ ਦਾ ਵਲੌਗ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਊਗਾ ਅੱਜ ਦਾ ਵਲੌਗ ਖਿਆਲ ਰੱਖਿਓ ਆਪਣਾ ਲਵ ਯੂ ਟੇਕ ਕੇਅਰ ਅਤੇ ਬਾਏ